ਗਲਤਾਂ ਹੁੰਦੀ ਉਹ ਕਿਸੇ ਨੇ ਕੋਈ ਤੁਹਾਡੇ ਕੋਈ ਚੀਜ਼ ਚੋਰੀ ਕਰ ਲਈ, ਕਿਸੇ ਨੇ ਖਰਾਬ ਕਰਤੀ, ਕਿਸੇ ਉਹਦੇ ਗੱਲ ਪੈਣ ਦੀ ਬਜਾਏ ਜੰਕ ਕਰੋ। ਮੈਂ ਬਹੁਤ ਦਫ਼ਾ ਦੇਖਿਆ ਇੱਕ ਕਹਿੰਦੇ ਕਿਸੇ ਚੋਣੀ ਪਿੱਛੇ ਇੰਨਾ ਝਗੜਾ, ਉੱਥੇ ਸਾਡੇ ਜੋ ਰਸਤੇ ਵੀ ਸਾਡਾ ਘਰ ਹੈਗਾ ਤੇ ਉੱਥੇ ਲੋਕ ਆ ਕੇ ਉੱਤਰਦੇ ਰਿਸ਼ਤੇ ਰਿਕਸ਼ੇ ਵਾਲੇ ਦਾ, ਚੋਣੀ ਪਿੱਛੇ ਇੰਨਾ ਝਗੜਾ, ਖੂਨ ਖਰਾਬਾ ਹੋ ਜਾਂਦਾ ਉੱਥੇ ਚੋਣੀ ਪਿੱਛੇ। ਮੈਂ ਜ਼ਿਕਰ ਦਿੰਦੇ ਅੰਦਰ ਤੇ ਜਾ ਕੇ ਚੋਣੀ ਦੇ ਦੇ ਤੇ ਖੂਨ ਖਰਾਬਾ ਚੋਣੀ ਪਿੱਛੇ। ਇਸੇ ਤਰ੍ਹਾਂ ਨਿੱਕੀ ਨਿੱਕੀ ਗੱਲ ਪਿੱਛੇ ਅਸੀਂ ਇੰਨਾ ਆਪਣੇ ਆਪ ਨੂੰ ਖਰਾਬ ਕਰਦੇ, ਜ਼ਹਿਰ ਭਰਦੇ। ਕੀ ਹੋ ਗਿਆ? ਮੈਂ ਪੁੱਛਦਾ ਹੁਣ, ਭਾਈ ਤੂੰ ਇੰਨਾ ਝਗੜਾ ਕੀਤਾ, ਇੰਨਾ ਰੌਲਾ ਪਾਇਆ, ਇੰਨਾ ਆਪਣੇ ਆਪ ਨੂੰ ਤਪਾਇਆ, ਜ਼ਹਿਰ ਘੋਟਿਆ, ਆਖਿਰ ਆ ਜਿਹੜੀ ਚੀਜ਼ ਸੀਗੀ ਕਿੰਨੇ ਕੁ, 10 ਰੁਪਏ ਦੀ, 20 ਰੁਪਏ ਦੀ, 30 ਰੁਪਏ ਦੀ, 100 ਰੁਪਏ ਦੀ, 1000 ਰੁਪਏ ਦੀ? ਪਰ ਤੈਨੂੰ ਪਤਾ ਹੈ ਕਿ ਆ ਤੂੰ ਇਸ ਜੋਸ਼ ਵਿੱਚ, ਗੁੱਸੇ ਚ ਆ ਕੇ ਆ ਤੂੰ ਆਪਣਾ ਜਿਹੜਾ ਤੇਰਾ ਖੂਨ ਹੈ, ਤੈਨੂੰ ਪਤਾ ਹੈ ਤੇਰੇ ਖੂਨ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਤੇਰਾ ਖੂਨ ਜਿਹੜਾ ਕਹਿੰਦੇ ਆ ਕਿ ਹਰ ਦਿਨ ਦੀ ਖੁਰਾਕ ਨਾਲ ਇੱਕ ਕਟਾ ਖੂਨ ਬਣਦਾ ਤੇ ਤੂੰ ਸਾਰਾ ਸਾਰਾ ਜਿੰਨਾ ਖੂਨ ਲਿਆ ਸਾਲ ਭਰ ਦਾ ਇਕੱਠਾ ਕੀਤਾ ਹੋਇਆ ਖੂਨ ਤਾਂ ਸਾੜਦਾ ਆਪੇ ਅੱਗ ਲਾ ਕੇ। ਮੈਨੂੰ ਹਿਸਾਬ ਲਾ ਕਿੰਨੀ ਖੁਰਾਕ ਖਾਈ, ਕਿੰਨੇ 1000 ਰੁਪਏ ਦੀ ਖੁਰਾਕ ਖਾਲੀ ਉਹ ਸਾੜ ਦਿੱਤੀ। ਇਸ ਤੋਂ ਇਲਾਵਾ ਹੋਰ ਕੀਮਤੀ ਚੀਜ਼ ਇਹ ਹੈ ਕਿ ਤੂੰ ਆਪਣੇ ਛੁੱਟੀ ਸਾਰਦੀ ਮਨ ਸਾੜਤਾ, ਮਨ ਦੇ ਉੱਤੇ ਹੋਰ ਮੈਲਾ ਤੇ ਉਹ ਕਾਲਾ ਸੋਹਾ ਬਣਾਤਾ ਮਨ ਨੂੰ, ਇਹ ਵੱਡਾ ਨੁਕਸਾਨ ਹੈ ਉਹਦੇ ਨਾਲ ਵੀ ਖੂਨ ਨਾਲ। ਉਮੀਦ ਕਾਮ ਕ੍ਰੋਧ ਕਾਇਆ ਕੋ ਗਾਲੇ ਜੋ ਕੰਚੇ ਸਵਾਗਾ ਟਾਲੇ, ਬਾਹਰਲਾ ਨੁਕਸਾਨ ਹੈ ਜੋ ਅਸੀਂ ਕਿਸੇ ਨੂੰ ਆਪਣੇ ਆਪ ਨੂੰ ਟਾਰਗੇਟ ਬਣਾ ਦਿੰਦੇ ਹਾਂ ਤੇ ਜਿਹੜਾ ਕਦਾ ਸ਼ੂਟ ਕਰਦਾ ਹੈ ਗੋਲੀਆਂ ਮੇਰੀ ਨੂੰਹ ਨੇ ਆਏ ਕਿਆ, ਮੇਰੀ ਸੱਸ ਨੇ ਆਏ ਕਿਆ, ਮੈਂ ਜਵਾਈ ਨੇ ਆਏ ਕਿਆ, ਮੇਰੇ ਪੁੱਤਰ ਨੇ, ਮੇਰੀ ਧੀ ਨੇ ਇਹ ਕੀਤਾ, ਯੇ ਕੀਤਾ, ਫਲਾਨਾ ਕਿਆ, ਗੁਆਂਢੀ ਨੇ ਆਇਆ ਕਿਆ, ਦਿਨ ਰਾਤ ਆਏ ਹਾਏ ਹਾਏ। ਇਤਨੀ ਤਰਸਯੋਗ ਹਾਲਤ ਹੈ ਇਨਸਾਨ ਦੀ, 4 ਸਪੇਰੇ ਹੋਏ ਟਾਰਗੇਟ ਬਣਿਆ ਹੋਇਆ ਤੇ 4 ਸਪੇਰੇ ਗੋਲੀਆਂ ਪੈਂਦੀਆਂ, ਕੀ ਫਿਰ ਬਚਣਾ ਕਿਵੇਂ ਹੈ ਭਾਈ? ਸੁਣ ਕੇ ਬਾਣੀ ਕੀ ਲਿਖਿਆ, ਬਾਣੀ ਕਹਿੰਦੀ ਸੁਣ ਕੇ ਅਨਸੁਣ ਕਰੋ, ਜਿਸ ਤਰ੍ਹਾਂ ਸੁਣਿਆ ਨੀ ਹੁੰਦਾ ਕੰਨ ਬੰਦ ਕਰ ਦਿਓ। ਬਾਣੀ ਦਾ ਹੁਕਮ ਹੈ, ਬਾਣੀ ਸਾਨੂੰ ਉਪਦੇਸ਼ ਹੈ ਕਿ ਸੁਣ ਕੇ ਸੁਣੋ, ਦੇਖ ਕੇ ਅਨਡਿੱਠ ਕਰੋ। ਆਪਾਂ ਕਿੰਨੇ ਕੁ ਦੇਖ ਕੇ ਅਨਡਿੱਠ ਕਰ ਰਹੇ ਹਾਂ? ਜੇ ਇਹ ਸ਼ਬਦ ਬਾਣੀ ਦਾ ਸਿੱਖੀਏ, ਸੁਣ ਕੇ ਅਣਖਾਣ ਕਰਨਾ, ਦੇਖ ਕੇ ਅਨਡਿੱਠ ਕਰਨਾ, ਤੀਸਰਾ ਸਬਕ ਅਗੋ ਕਿਸੇ ਨਾਲ ਚਿਤਾਰੋ, ਅਗੋ ਕੋਨਾ ਚਿਤਾ ਲੱਭ ਨੀ ਚਾਹਤਾ, ਅਸੀਂ ਕੌਣ ਹੈ, ਅਸੀਂ ਕਿਹਨੇ ਸਾਨੂੰ ਜੱਜ ਬਣਾਇਆ? ਮੈਂ ਪੁੱਛਦਾ ਹੁੰਦਾ ਭਾਈ ਤੂੰ ਫਲਾਨੇ ਦੀ ਬਹੁਤ ਇਉਂ ਕਹਿੰਦਾ ਹੈ, ਤੈਨੂੰ ਜੱਜ ਕਿਹਨੇ ਬਣਾਇਆ ਦੱਸ, ਕਿੱਥੇ ਤੇਰਾ ਅਪੁਆਇੰਟਮੈਂਟ ਲੈਟਰ ਕਿੱਥੇ ਜੱਜ? ਆਪਣੇ ਆਪ ਸੈਲਫ ਅਪੁਆਇੰਟਡ ਜੱਜਸ ਬਣੇ ਹੋਏ, ਤੈਨੂੰ ਕਦੇ ਸਿਰਫ ਨੁਕਸਾਚੀ ਨਹੀਂ ਕਰਦੇ, ਜੱਜਮੈਂਟ ਪਾਸ ਕਰ ਦਿੰਦੇ ਹਾਂ, ਬਸ ਅਸੀਂ ਆਪਣੇ ਜੋਗੇ ਕਰ ਰਹੇ ਨੇ, ਲੋਕਾਂ ਜੋਗੇ ਹੀ ਹੈ, ਟਾਰਗੇਟ ਬਣੇ ਆ, ਲੋਕੀ ਸ਼ੂਟ ਕਰੀ ਜਾਂਦੇ ਹੈਗੇ, ਆਪਣੇ ਜੋਗੇ ਤਾਂ ਹੈ ਨੀ, ਆਪਣੇ ਜੋਗੇ ਤਾਂ ਉਦੋਂ ਬਣਾਂਗੇ ਆਪਣਾ ਆਪ ਵਿਚਾਰ, ਜਦੋਂ ਆਪਣੇ ਆਪ ਨੂੰ ਵਿਚਾਰਾਂਗੇ, ਉਹ ਕਦੋਂ ਵਿਚਾਰਾਂਗੇ ਜਦੋਂ ਅੰਦਰ ਵੜਾਂਗੇ, ਜਦੋਂ ਕੰਮ ਬੰਦ ਕਰ ਦਾਂਗੇ, ਦੇਖ ਕੇ ਅੰਦਿਠ ਤੇ ਸੁਣ ਕੇ ਅਣਸੁਣ ਕਰਾਂਗੇ। ਜੀਵਨ ਹੈ, ਗੱਲਾਂ ਬਾਤਾਂ ਦਾ ਨਹੀਂ ਹੁੰਦਾ, ਇਹੀ ਤਾਂ ਕਾਰਨ ਹੈ ਕਿ ਸਾਡੇ ਤੇ ਕੋਈ ਅਸਰ ਨਹੀਂ ਹੋ ਰਿਹਾ। ਇੰਨਾ ਕੁਛ ਹੁੰਦਿਆਂ ਹੋਇਆ, ਇੰਨਾ ਕੁਛ ਹੁੰਦਿਆਂ, ਇੰਨੇ ਗਿਰਜੇ, ਇੰਨੇ ਗੁਰੂ, ਜੀਵਨ ਦੁਨੀਆਂ ਦਾ ਥੱਲੇ ਜਾ ਰਿਹਾ। ਸਭ ਸਿੱਖੀ ਸਾਨੂੰ ਤਾਂ ਗੁਰੂ ਨਾਨਕ ਦਾ ਆਸਰਾ ਹੈ, ਸਾਨੂੰ ਤਾਂ ਗੁਰਬਾਣੀ ਦਾ ਆਸਰਾ ਹੈ। ਬਾਣੀ ਕਹਿੰਦੀ ਹੈ ਦੇਖ ਕੇ ਅਨਡਿੱਠ ਕਰੋ, ਸੁਣ ਕੇ ਅਨਸੁਣ ਕਰੋ, ਅਗੁਣ ਕੋਰਾ ਚਿਤਾਰੋ। ਆਹ ਤਿੰਨ ਸਬਕ ਲੈ ਲਈਏ ਤੇ ਸਾਡੀ ਜ਼ਿੰਦਗੀ ਬਦਲ ਜਾਊਗੀ।